ਜਿਹੜੀ ਸਾਡੇ ਕੋਲ ਅੱਜ ਕੰਪਲੇਂਟ ਦਿੱਤੀ ਹੈ ਸ਼ਿਵ ਸੈਨਾ ਬਾਲ ਠਾਕਰੇ ਜੀ ਵੱਲੋਂ ਉਹਨਾਂ ਨੇ ਦਿੱਤੀ ਕੰਪਲੇਂਟ ਦਵਿੰਦਰ ਸਿੰਘ ਬਿੱਲਾ ਵਾਈਸ ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ ਉਹਨਾਂ ਵੱਲੋਂ ਅਤੇ ਜਿਹੜਾ ਬਾਕੀ ਹਿੰਦੂ ਸੰਗਠਨ ਹੈ ਉਹਨਾਂ ਵੱਲੋਂ ਕੰਪਲੇਂਟ ਆਈ ਹੈ। ਜਿਹਦੇ ਖਿਲਾਫ ਕੰਪਲੇਂਟ ਆਈ ਉਹਦੇ ਖਿਲਾਫ ਅਸੀਂ ਵੈਰੀਫਾਈ ਕਰਕੇ ਜੋ ਵੀ ਬਣਦੀ ਕਾਰਵਾਈ ਹੈ ਕਾਨੂੰਨ ਅਨੁਸਾਰ ਉਹ ਅਮਲ 'ਚ ਲਿਆਵਾਂਗੇ। ਸਰ ਕੀ ਮਾਮਲਾ ਸੀਗਾ ਸਰ? ਮਾਮਲਾ ਕੋਈ ਟਿੱਪਣੀ ਵਿਵਾਦ ਟਿੱਪਣੀ ਕੀਤੀ ਸੀ ਸਰ ਇਹ ਬੰਦੇ ਦੇ ਪਹਿਲਾਂ ਵੀ ਫਲੋਰ ਦੇ ਵਿੱਚ ਮਾਹੌਲ ਖਰਾਬ ਕਰਨ ਦਾ ਕੋਈ ਇਦਾਂ ਦਾ ਹੈਗਾ ਕੋਈ ਇਹਦਾ ਬੈਕਗ੍ਰਾਉਂਡ ਜਿਹੜੀ ਹੈ? ਦੇਖੋ ਮੇਰੀ ਨੌਲੇਜ 'ਚ ਅੱਜ ਹੀ ਮੈਂ ਅੱਜ ਮੇਰੇ ਕੋਲ ਆਏ ਨੇ ਇਹਨਾਂ ਨੇ ਮੈਨੂੰ ਦੱਸਿਆ ਜਿਹੜੇ ਸੰਗਠਨ ਜਿਹੜਾ ਆਇਆ ਵੀ ਇਹਨੇ ਕੋਈ ਪਹਿਲਾਂ ਵੀ ਕੋਈ ਇੱਦਾਂ ਦੀ ਸ਼ਰਾਰਤ ਕੀਤੀ ਸੀ ਅਤੇ ਉਹਦੇ 'ਚ ਵੀ ਇਹਨੇ ਕੋਈ ਲਾਅ ਐਂਡ ਆਰਡਰ ਨੂੰ ਪ੍ਰੋਬਲਮ ਕ੍ਰੀਏਟ ਕਰਨ ਦੀ ਕੀਤੀ ਸੀ। ਪਰ ਜਿਹੜੀ ਸਾਡੇ ਕੋਲ ਦਰਖਾਸਤ ਇਹਨਾਂ ਨੇ ਹੁਣ ਦਿੱਤੀ ਹੈ ਉਹਦੇ 'ਤੇ ਅਸੀਂ ਜੋ ਵੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਾਂਗੇ ਅਤੇ ਜਿਹੜਾ ਵੀ ਕੋਈ ਇੱਦਾਂ ਦਾ ਮਾੜਾ ਆਂਸਰ ਆ ਉਹਨੂੰ ਕੋਈ ਵੀ ਇੱਦਾਂ ਦੀ ਅਸੀਂ ਖੁੱਲ੍ਹ ਨਹੀਂ ਦੇਵਾਂਗੇ ਵੀ ਉਹ ਜਿਹੜੇ ਧਰਮ ਨੂੰ ਕੋਈ ਕਿਸੇ ਦੇ ਧਰਮ ਨੂੰ ਠੇਸ ਪਹੁੰਚਾਵੇ। ਸਰ ਕਿਹੜੀ ਪਾਰਟੀ ਦਾ ਬੰਦਾ? ਇਹਦੇ ਬਾਰੇ ਮੈਨੂੰ ਨਹੀਂ ਪਤਾ। ਨਾਂ ਕੀ ਇਹਦਾ ਪੂਰਾ? ਸੰਧੂ ਕਹਿ ਰਹੇ ਨੇ ਪੂਰਾ ਨਾਮ ਰਜਿੰਦਰ। ਫਲੋਰ ਦਾ ਰਜਿੰਦਰ ਸੰਧੂ ਆ ਆਮ ਆਦਮੀ ਪਾਰਟੀ ਦਾ ਨੇਤਾ। ਉਹਨੇ ਸ਼ਿਵਜੀ ਭਗਵਾਨ ਤੇ ਕੋਈ ਟਿੱਪਣੀ ਕੀਤੀ ਸੀ ਜਿਹੜੀ ਹਿੰਦੂਆਂ ਨੂੰ ਨਹੀਂ ਬਰਦਾਸ਼ਤ ਹੋਈ ਔਰ DSP ਸਾਹਿਬ ਦੇ ਕੋਲ ਅਸੀਂ ਮੰਗ ਪੱਤਰ ਲੈ ਕੇ ਆਏ ਹਾਂ ਵੀ ਉਸ ਬੰਦੇ 'ਤੇ ਪਰਚਾ ਦਰਜ ਕੀਤਾ ਜਾਵੇ ਔਰ ਕਿਸੇ ਵੀ ਧਰਮ ਦੇ ਖਿਲਾਫ਼ ਕੋਈ ਵੀ ਬੰਦਾ ਟਿੱਪਣੀ ਕਰਦਾ ਹੈ ਔਰ ਅਸੀਂ ਹਿੰਦੂ ਸਮਾਜ ਇਹ ਬਰਦਾਸ਼ਤ ਨਹੀਂ ਕਰੇਗਾ ਔਰ ਇੱਦਾਂ ਦੇ ਬੰਦਿਆਂ ਨੂੰ ਬਾਹਰ ਘੁੰਮਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਇਹਨਾਂ ਦੀ ਜਗ੍ਹਾ ਸਹੀ ਜੇਲ੍ਹ ਹੈ, ਇਹਨਾਂ ਨੂੰ ਜੇਲ੍ਹਾਂ 'ਚ ਪਹੁੰਚਾਉਣਾ ਚਾਹੀਦਾ ਹੈ। ਅੱਗੇ ਅੱਜ ਅਸੀਂ ਮੰਗ ਪੱਤਰ ਦਿੱਤਾ ਹੈ ਜੇ ਪ੍ਰਸ਼ਾਸਨ ਨੇ ਇਹ 'ਤੇ ਕਾਰਵਾਈ ਨਾ ਕੀਤੀ ਫਿਰ ਅਸੀਂ ਆਪਣੇ ਹਿੰਦੂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਅੱਗੇ ਦੀ ਰਣਨੀਤੀ ਜਿਹੜੀ ਆ ਉਹ ਤੁਹਾਨੂੰ ਦੱਸੀ ਜਾਵੇਗੀ। ਔਰ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਮਾਹੌਲ ਅੱਗੇ ਵੀ ਖਰਾਬ ਕੀਤਾ ਹੈ, ਹੁਣ ਵੀ ਉਹ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦਾ ਮਾਹੌਲ ਖਰਾਬ ਕਰੀਏ। ਤੁਸੀਂ ਪ੍ਰਸ਼ਾਸਨ ਨੂੰ ਕਿੰਨੇ ਚਿਰ ਦਾ ਅਲਟੀਮੇਟਮ ਦਿੰਦੇ ਹੋ? ਅਸੀਂ ਹਫ਼ਤੇ ਦਾ ਅਲਟੀਮੇਟ ਦਿੱਤਾ ਹੈ।